बेनती है प्रशासन नू कि तुसी सानू चंगी तरह जान दो सारे भरा, असि वख वख पिंडां दे पंचायतां दे नुमाइंदे हां, सानू पंचायतां बाद दीआं गल्लां ने, सानू पहलां दीआं जमीनां चाहीदीआं ने, साडीआं जमीनां जागदीआं ने, जे तुहाडी जमीन जागदी है तां सानू इक आगे फैसला सुना दो। असि आ बैठे हां, जे तुसी चाहुंदे हो कि किसानां दीआं जमीनां अबानी अडानी लै जाण, ਇਹ ਪੰਜਾਬ ਪੁਲਿਸ ਚਾਹੁੰਦੀ ਹੈ ਤਾਂ ਅੱਗੇ ਸਾਨੂੰ ਕਹਿ ਦਿਓ, ਅਸੀਂ ਪ੍ਰੋਗਰਾਮ ਬੰਦ ਕਰ ਦਿਆਂਗੇ। ਪਰ ਖਿਆਲ ਰੱਖਿਓ, ਜਵਾਕ ਛੋਟੇ ਵੀ ਅੱਥੀ ਰੋਲਣੇ ਨੇ, ਯਾਦ ਰੱਖਿਓ। ਇਹ ਯਾਰ ਤਮਾਸਾ ਬਣਾ ਰੱਖਿਆ ਸਵੇਰ ਦਾ, ਬੜੇ ਬੜੇ ਲੀਡਰਾਂ ਦੀਆਂ ਪ੍ਰੈਲੀਆਂ ਹੁੰਦੀਆਂ ਨੇ, ਉਦੋਂ ਕੋਈ ਨਹੀਂ ਧਰਕੇ ਨਾ ਦੇਖ ਰਹੇ ਅਸੀਂ ਪਹਿਲਾਂ ਤੋਂ ਕਿ ਲੱਖੇ ਲੱਡਾ ਕੀ ਕਤਲ ਕਰਤਾ, ਲੱਖੇ ਨੇ ਕਿਹਨੂੰ ਕੁਛ ਕਹਿ ਦਿੱਤਾ। ਪੰਜਾਬ ਪੁਲਿਸ ਨੇ ਕਹਿ ਰਹੀ ਹੈ, ਕੈਪਟਨ ਕਹਿ ਰਿਹਾ, ਕੈਪਟਨ ਨੇ, ਕਿਉਂਕਿ ਸਰਕਾਰ ਕੀ ਹੈ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਜਿਹੜੇ ਗੱਲਾਂ ਕਰਦੇ ਨੇ ਅਸੀਂ ਕਿਸਾਨਾਂ ਦੇ ਨਾਲ, ਆ ਝੂਠੇ ਝੰਡੇ ਰੰਗਦੇ ਸੁਖਬੀਰ ਬਾਦਲ ਵਰਗੇ, ਕੈਪਟਨ ਅਮਰਿੰਦਰ ਵਰਗੇ ਕਿਸਾਨਾਂ ਦੇ ਨਾਲ, ਆ ਪੰਜਾਬ ਪੁਲਿਸ ਉਹਦੇ ਕਰਕੇ ਲੱਗੀ ਆ, ਉਹਨਾਂ ਦਾ ਹੀ ਕਾਰਨ ਆ ਇਹ। ਲੱਖਾਂਗੜ੍ਹ ਨੇ ਕੀ ਕੀਤਾ, ਗੱਲ ਦਾ ਸਵਾਲ ਦਾ ਜਵਾਬ ਦਿਓ, ਕੱਲਾ ਕੱਲਾ ਪੰਜਾਬੀ ਖੜਾ ਹੋ ਕੇ ਜਵਾਬ ਦਿਓ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਭਰਾ ਖੜੇ ਆ, ਇਹਨਾਂ ਨੂੰ ਬੇਨਤੀ ਕਰਦੇ ਆ ਵੀ ਪਹਿਲਾਂ ਆਪਾਂ ਪੰਡਾਲ ਜਾ ਕੇ ਬੈਠੀਏ ਆ। ਪੁਲਿਸ ਵੀ ਦੀ ਆ, ਪੁਲਿਸ ਵੀ ਪੰਜਾਬ ਦੀ ਆ, ਪੰਜਾਬ ਦੀ ਧਰਤੀ ਦੇ ਜੰਮੇ ਪਲੇ ਨੇ ਯਾਰ, ਆਪਣੇ ਨੇ ਇਹ। ਜੇ ਇਹਨਾਂ ਨੇ ਸੋਚ ਹੀ ਲਿਆ ਵੀ ਸਾਨੂੰ ਮਾਰਨਾ ਹੀ ਆ, ਤਾਂ ਫਿਰ ਮਾਰ ਦੇਣ। ਪੁਲਿਸ ਪੰਜਾਬ ਦੀ ਆ, ਪੰਜਾਬ ਦੇ ਇਹਨਾਂ ਕਿਸਾਨਾਂ ਦੇ ਪਰਿਵਾਰਾਂ ਚੋਂ ਉੱਠ ਕੇ ਜਿਹੜੇ ਅਧਿਕਾਰੀ ਬਣੇ ਨੇ, ਆਪਣੇ ਹੀ ਨੇ ਇਹ, ਇਹਨਾਂ ਨੂੰ ਹੁਕਮ ਵਜਾਉਣਾ ਪੈਂਦਾ ਵੀਰੋ। ਸੋ ਬੇਨਤੀ ਕਰਦੇ ਆ, ਪਹਿਲਾਂ ਆਪਾਂ ਪੰਡਾਲ ਦੇ ਵਿੱਚ ਡਿਸਿਪਲਨ ਦੇ ਨਾਲ ਬੈਠੀਏ, ਵਿਚਾਰਾ ਕਰੀਏ ਆਪਣੀਆਂ। ਆਪਾਂ ਕੋਈ ਇੱਥੇ ਡਾਕਾ ਮਾਰਨੀ ਆਏ ਜਾਂ ਲੱਖਾਂ ਕੋਈ ਡਾਕਾ ਮਾਰਨੀ ਆਇਆ, ਲੱਖਾਂ ਵੀ ਪੰਜਾਬ ਖਾਤਰ ਤੁਰਿਆ ਫਿਰਦਾ, ਤੇ ਤੁਸੀਂ ਵੀ ਪੰਜਾਬ ਖਾਤਰ ਹੋ। ਤੇ ਇਸ ਗੱਲ ਦਾ ਜਿਹੜਾ ਪੰਜਾਬ ਪੁਲਿਸ ਨੂੰ ਵੀ ਸਾਰਾ